ਜਿਹੜਾ ਨਸ਼ਾ ਚੱਲਿਆ ਜੀ ਉਹਦੇ ਕਰਕੇ ਸਾਰਾ ਕੁਛ ਹੋ ਰਿਹਾ ਜੀ। ਨਹੀਂ ਨਸ਼ਾ ਤਾਂ ਚੱਲਿਆ, ਉਹ ਤਾਂ ਖਾਣਾ ਨਾ ਖਾਣਾ ਤੁਹਾਡੇ ਹੱਥ ਆ, ਕਿਸੇ ਦੇ ਹੱਥ ਨਹੀਂ। ਫਿਰ ਬਸ ਜੀ ਜਿਵੇਂ ਚੌੜ ਚੌੜ 'ਚ ਲੱਗ ਜਾਂਦੇ ਜੀ, ਐਵੇਂ ਬੈਲ ਲੱਗ ਗਿਆ ਜੀ। ਪੁਲਿਸ ਦੀ ਗ੍ਰਿਫਤ ਵਿੱਚ ਖੜਾ ਇਹ ਨੌਜਵਾਨ ਜੋ ਖੁਦ ਮੰਨ ਰਿਹਾ ਕਿ ਇਸਨੇ ਚੋਰੀਆਂ ਕੀਤੀਆਂ, ਨਸ਼ੇ ਕਰਦਾ ਸੀ, ਨਸ਼ੇ ਦੀ ਲੱਤ ਨੇ ਇਸ ਨੂੰ ਚੋਰ ਬਣਾ ਦਿੱਤਾ। ਹੁਣ ਇਹਨਾਂ ਦੋ ਨੌਜਵਾਨਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ। ਹਾਲੇ ਡੇਢ ਸਾਲ ਪਹਿਲਾਂ ਇਸਦਾ ਵਿਆਹ ਹੋਇਆ ਸੀ, ਹੁਣ ਤੱਕ ਇਸਨੇ ਘਰੇ ਇੱਕ ਪੈਸਾ ਵੀ ਨਹੀਂ ਦਿੱਤਾ। ਤਾਂ ਪੁਲਿਸ ਦੇ ਵੱਲੋਂ ਹੁਣ ਇਹਨਾਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਉਹ ਨੌਜਵਾਨ ਨੇ ਜੋ ਫੈਕਟਰੀਆਂ ਅਤੇ ਮੋਟਰਾਂ ਤੋਂ ਲੋਹਾ ਚੋਰੀ ਕਰਦੇ ਸੀ, ਤਾਂਬਾ ਚੋਰੀ ਕਰਦੇ ਸੀ। ਪੁਲਿਸ ਨੇ ਇਹਨਾਂ ਪਾਸੋਂ ਇੱਕ ਮਾਰੂਤੀ ਕਾਰ ਵੀ ਬਰਾਮਦ ਕੀਤੀ ਹੈ, ਜਿਸ ਦੇ ਵਿੱਚ ਚੋਰੀ ਦਾ ਸਮਾਨ ਰੱਖਦੇ ਸੀ। ਇਹ ਮਾਮਲਾ ਨਾਭਾ ਤੋਂ ਸਾਹਮਣੇ ਆਇਆ, ਜਿੱਥੇ ਸਦਰ ਪੁਲਿਸ ਨੇ ਦੋ ਚੋਰਾਂ ਨੂੰ 28 ਕਿਲੋ ਕਾਪਰ ਤਾਰ ਸਮੇਤ ਗ੍ਰਿਫਤਾਰ ਕੀਤਾ। ਇਹ ਵਾਰਦਾਤ ਮਾਰੂਤੀ ਕਾਰ ਦੇ ਜ਼ਰੀਏ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹੇ। ਇਹ ਚੋਰ ਫੈਕਟਰੀਆਂ ਤੇ ਮੋਟਰਾਂ ਤੇ ਚੋਰੀ ਕਰਦੇ ਸੀ। ਆਰੋਪੀ ਤੇ ਪਹਿਲਾਂ ਵੀ 6 ਮਾਮਲੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਦਰਜ ਨੇ। ਆਰੋਪੀ ਖੁਦ ਮੰਨ ਰਿਹਾ ਕਿ ਨਸ਼ੇ ਦੀ ਪੂਰਤੀ ਦੇ ਲਈ ਉਹ ਚੋਰੀ ਕਰਦੇ ਸੀ। ਡੇਢ ਸਾਲ ਪਹਿਲਾਂ ਇਸ ਦਾ ਵਿਆਹ ਹੋਇਆ ਸੀ, ਹੁਣ ਇਸ ਨੂੰ ਪਛਤਾਵਾ ਹੈ ਕਿ ਇਸ ਦੇ ਕਰਕੇ ਘਰ ਵਾਲੇ ਕਿੰਨੇ ਦੁਖੀ ਨੇ, ਤੇ ਹੁਣ ਇਹ ਕੋਸ਼ਿਸ਼ ਕਰੇਗਾ ਸੁਧਰਨ ਦੀ। ਤਾਂ ਪੁਲਿਸ ਦੇ ਵੱਲੋਂ ਇਹਨਾਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕਿੰਨੀ ਸਾਲ ਉਮਰ? 31 ਸਾਲ। 31 ਸਾਲ 'ਚ ਕਿੰਨੇ ਕੁ ਪਰਚੇ ਦਰਜ ਹੋਏ ਤੁਹਾਡੇ? ਮੇਰੇ 'ਤੇ 7ਵਾਂ ਪਰਚਾ। 7ਵਾਂ ਪਰਚਾ ਕਾਹਦੇ ਕਾਹਦੇ? ਚੋਰੀ ਦੇ। ਸਾਰੀ ਚੋਰੀ ਦੀ? ਹਾਂਜੀ। ਚੋਰੀਆਂ ਕਿਉਂ ਕਰਦੇ ਹੋ, ਕੀ ਕਾਰਨ ਆ? ਬਸ ਨਸ਼ੇ ਕਰਕੇ। ਹੈਂ? ਨਸ਼ੇ ਕਰਕੇ। ਨਹੀਂ ਨਸ਼ੇ ਕਾ ਪਰਿਵਾਰ 'ਚ ਕੌਣ ਕੌਣ? ਮੈਂ ਤੇ ਮੇਰੀ ਵਾਈਫ ਹੈ। ਹੈਂ? ਮੈਂ ਤੇ ਮੇਰੀ ਵਾਈਫ ਹੈ। ਵਾਈਫ ਫਿਰ ਉਹ ਵੀ ਪਛਤਾਉਂਦੀ? ਹਾਂ। ਬੱਚਾ ਵੀ ਕੋਈ? ਨਹੀਂ, ਹਲੇ ਹੁਣੇ ਥੋੜਾ ਟਾਈਮ ਹੋਇਆ। ਮੰਨਦੇ ਹੋ ਗਲਤੀ ਕੀਤੀ ਆ? ਹਾਂ ਗਲਤੀ ਹੋ ਗਈ, ਹੁਣ ਨਹੀਂ ਕਦੇ ਵੀ ਇਹੋ ਜਿਹਾ ਕੰਮ ਨਹੀਂ ਕਰਦਾ। ਨਹੀਂ ਤੁਸੀਂ ਜਿਹੜੇ ਹੈਗਾ ਆਪ ਤੁਹਾਨੂੰ ਤਾਂ ਸਜ਼ਾ ਮਿਲ ਰਹੀ, ਪਰਿਵਾਰ ਨੂੰ ਵੀ ਸਜ਼ਾ ਦੇ ਰਹੇ ਤੁਸੀਂ ਤਾਂ? ਹਾਂ, ਸਾਡੇ ਕਰਕੇ ਸਾਰੀ ਦਿੱਕਤ ਨਹੀਂ, ਬਸ ਨਸ਼ੇ ਕਰਕੇ ਨਾ ਜੀ, ਜਿਹੜਾ ਨਸ਼ਾ ਚੱਲ ਰਿਹਾ ਜੀ ਇਹਦੇ ਕਰਕੇ ਨਾ ਬਹੁਤ ਉਹ ਹੋ ਰਿਹਾ ਜੀ, ਬਲਕਿ ਜਿਵੇਂ ਕਹਿੰਦੇ ਨੇ ਆਪਾਂ ਉਹਦੇ ਕਰਕੇ ਨਾ ਜੀ, ਜਿਹੜਾ ਨਸ਼ਾ ਚੱਲਿਆ ਜੀ ਉਹਦੇ ਕਰਕੇ ਸਾਰਾ ਕੁਛ ਹੋ ਰਿਹਾ ਜੀ। ਨਹੀਂ ਨਸ਼ਾ ਤਾਂ ਚੱਲਿਆ, ਉਹ ਤਾਂ ਖਾਣਾ ਨਾ ਖਾਣਾ ਤੁਹਾਡੇ ਹੱਥ ਆ, ਕਿਸੇ ਦੇ ਹੱਥ ਨਹੀਂ। ਫਿਰ ਬਸ ਜੀ ਜਿਵੇਂ ਚੌੜ ਚੌੜ 'ਚ ਲੱਗ ਜਾਂਦੇ ਜੀ, ਐਵੇਂ ਬੈਲ ਲੱਗ ਗਿਆ ਜੀ। ਕਿੰਨੇ ਸਾਲ ਤੋਂ ਤੁਸੀਂ ਇਹ ਕੰਮ 'ਚ ਹੋ, ਚੋਰੀ 'ਚ? 2020 'ਚ ਜੀ। 2020 'ਚ? ਹਾਂਜੀ, 2020 'ਚ, ਮਤਲਬ ਕਿ ਉਦੋਂ ਬਾਅਦ ਛੱਡਤਾ ਸੀਗਾ ਜੀ, ਹੁਣ ਫਿਰ ਦੁਬਾਰੇ ਆਹ ਸਾਲ 'ਚ ਲੱਗ ਗਏ ਸੀ। ਵਿਆਹ ਹੋਏ ਨੂੰ ਕਿੰਨੇ ਸਾਲ ਹੋ ਗਏ? 2023 'ਚ ਪਹਿਲੇ ਮਹੀਨੇ 'ਚ ਹੋਇਆ ਸੀ ਜੀ। ਉਦੋਂ ਤੁਸੀਂ ਚੋਰੀਆਂ ਵੀ ਕਰ ਰਹੇ? ਨਹੀਂ, ਉਦੋਂ ਹਟ ਗਿਆ ਸੀ, ਕੰਮ ਲੱਗ ਗਿਆ ਸੀਗਾ ਜੀ ਕੰਮ ਕਰਨਾ। ਨਸ਼ੇ ਦੀ ਪੂਰਤੀ ਵਾਸਤੇ ਚੋਰੀਆਂ ਕਰਦੇ? ਹਾਂਜੀ, ਘਰ ਤਾਂ 1 ਰੁਪਿਆ ਨਹੀਂ ਦਿੱਤਾ ਜੀ ਕਦੇ। ਪਛਤਾਵਾ ਹੈਗਾ ਹੁਣ? ਹਾਂਜੀ ਬਹੁਤ ਹੈ ਜੀ। ਕੀ ਹੁਣ ਆਪਦੇ ਆਪ ਨੂੰ ਸੁਧਾਰੋ ਕਿ ਇਸੇ ਤਰ੍ਹਾਂ ਚੱਲਦਾ ਰਹੂ ਸਾਰੀ ਉਮਰ? ਨਹੀਂ, ਹੁਣ ਸੁਧਰ ਕੇ ਆਉਣਾ ਜੀ, ਹੁਣ ਨਹੀਂ ਕਦੇ ਵੀ ਕੁਛ ਕਰਨਾ। ਨਹੀਂ, ਇਹ ਮੈਨੇ ਲੈਤੀ ਸੀ 15,000 ਦੀ, ਮਤਲਬ ਕਿ ਇਹਦਾ ਕਾਫੀ ਕਾਗਜ਼ ਦੇਣ ਤੋਂ ਪਹਿਲਾਂ ਹੀ ਉਹ ਬੰਦਾ ਜਿਹੜਾ ਹੈਗਾ ਸੀਗਾ ਜੀ ਜੇਲ੍ਹ 'ਚ ਆਈ। ਹੁਣ ਤਾਰਾਂ ਵੀ ਤੁਹਾਡੇ ਤੋਂ ਕਾਫੀ ਜਿਹੜੀ ਹੈਗਾ ਬਰਾਮਦ ਕੀਤੀਆਂ ਨੇ ਚੋਰੀ ਦੀਆਂ, ਕਿੱਥੋਂ ਕਿੱਥੋਂ? ਮੋਟਰਾਂ ਤੋਂ ਕਰਦੇ ਸੀ? ਫੈਕਟਰੀ 'ਚੋਂ? ਫੈਕਟਰੀ 'ਚੋਂ? ਹਾਂਜੀ। ਕੋਈ ਨਾਲ ਮਿਲੇ ਹੋਏ ਸੀ ਆਪੇ ਤੁਸੀਂ ਕਿ ਉੱਥੇ ਤਾਂ ਚੌਂਕੀਦਾਰ ਵੀ ਹੁੰਦੇ ਸੀ? ਨਹੀਂ, ਕੋਈ ਨਹੀਂ ਮਿਲਿਆ ਹੋਇਆ ਸੀਗਾ ਜੀ, ਆਪ ਹੀ ਸੀਗੀ ਜੀ, ਚੌਂਕੀਦਾਰ ਸੁੱਤੇ ਪਏ ਹੁੰਦੇ ਸੀ ਬਸ, ਉਸ ਤੋਂ ਬਾਅਦ ਅੰਦਰ ਵੜ ਜਾਂਦੇ ਜੀ। ਸਾਡੇ ਵੱਲੋਂ ਦੋ, ਇੱਕ ਪਹਿਲਾਂ ਫੜਿਆ ਸੀ, ਇੱਕ ਨੂੰ ਬਾਅਦ ਦੇ ਵਿੱਚ ਫੜਿਆ, ਧੰਗੇੜਾ ਮੰਡੀ ਦੇ ਵਿੱਚੋਂ ਜਿਹੜੇ ਦੋ ਫੜੇ ਨੇ, ਇੱਕ ਕੰਬਾਈਨ ਫੈਕਟਰੀ ਦੇ ਵਿੱਚੋਂ, ਹੋਰ ਦੁਕਾਨਾਂ ਦੇ ਵਿੱਚੋਂ, ਇਹ ਜਿਹੜਾ ਤਾਰਾਂ ਵਗੈਰਾ ਕਾਪਰ ਦੀਆਂ
ਔਰ ਜਿਹੜੀਆਂ ਚੋਰੀਆਂ ਕਰਦੇ ਸੀ ਲੋਹੇ ਦੇ ਸਮਾਨ ਦੀਆਂ। ਕਿੰਨੇ ਜਣੇ ਸੀ? ਇੱਕ ਨੂੰ ਮੌਕੇ 'ਤੇ ਫੜਿਆ, ਇੱਕ ਨੂੰ ਬਾਅਦ ਦੇ ਵਿੱਚ ਅਸੀਂ ਜਿਹੜਾ ਉਹਦੀ ਪੁੱਛਗਿੱਛ 'ਤੇ ਬਾਅਦ 'ਚ ਅਰੈਸਟ ਕੀਤਾ। ਇਹਦਾ ਨਾਮ ਹੈਗਾ ਜਤਿੰਦਰ ਸਿੰਘ ਪੁੱਤਰ ਅਵਤਾਰ ਸਿੰਘ, ਵਾਸੀ ਪਿੰਡ ਫਤਿਹਗੜ੍ਹ ਪਾਸੋਂ ਥਾਣਾ ਭਵਾਨੀਗੜ੍ਹ। ਦੂਜਾ ਗਗਨਦੀਪ ਸਿੰਘ ਅਲਿਆਂਸ ਰਵੀ ਪੁੱਤਰ ਗੁਰਜੰਟ ਸਿੰਘ, ਵਾਸੀ ਕਾਨਗੜ੍ਹ ਰੋਡ ਨੇੜੇ ਕਾਲੀ ਮਾਤਾ ਮੰਦਿਰ, ਵਾਰਡ ਨੰਬਰ 3 ਪਾਤਲਾ। ਹਾਂ, ਇਹਨਾਂ ਕੋਲੋਂ ਗੱਡੀ ਬਰਾਮਦ ਹੋਈ ਹੈ, ਮਰੂਤੀ PV 10AU 2111 ਚਿੱਟੇ ਰੰਗ ਦੀ, ਜਿਹਦੇ 'ਚ ਇਹ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਗੱਡੀਆਂ 'ਚ। ਬਾਕੀ ਇਹਨਾਂ ਕੋਲੋਂ ਜਿਹੜਾ ਸਮਾਨ ਬਰਾਮਦ ਹੋਇਆ, 27 ਕਿਲੋ 500 ਗ੍ਰਾਮ ਇਹਨਾਂ ਕੋਲੋਂ ਕਾਪਰ ਵਾਇਰ, ਇੱਕ ਚੋਰੀ ਲਈ ਜਿਹੜਾ ਇਹ ਲੋਹਾ ਕੱਟਣ ਵਾਲੀ ਆ ਰਹੀ ਰਾਡ ਵਗੈਰਾ, ਅਤੇ ਚਾਕੂ ਵਗੈਰਾ ਚੋ ਪੇਸ਼ਕਸ਼ ਜੋ ਆਪਣੇ ਇਕਿਊਪਮੈਂਟ ਵਰਤਦੇ ਸੀ ਉਹ ਨਾਲ ਬਰਾਮਦ ਕੀਤੀ। ਪਹਿਲਾਂ ਇਹਨਾਂ 'ਤੇ ਮਾਮਲੇ ਹੈਗੇ, ਕਿਤੇ 6 ਮੁਕੱਦਮੇ ਹੈਗੇ ਆ ਦਰਜ ਥਾਣਾ ਭਵਾਨੀਗੜ੍ਹ ਦੇ, 1 ਅਤੇ 3 ਮੁਕੱਦਮੇ ਦਰਜ। ਹੁਣ ਤਫਤੀਸ਼ ਜਾਰੀ ਆ, ਦੇਖਦੇ ਕਿਵੇਂ ਨਸ਼ੇ ਦੀ ਹਾਲਤ 'ਚ ਕਰਦੇ ਆ, ਕਿੱਦਾਂ ਕਰਦੇ ਉਹ, ਅਸੀਂ ਹੁਣ ਕਰ ਰਹੇ ਹਾਂ ਤਾਂ ਰਿਮਾਂਡ ਲੈ ਰਹੇ ਹਾਂ, ਪੁਲਿਸ ਰਿਮਾਂਡ ਲੈ ਕੇ ਅਗਲੀ ਤਫਤੀਸ਼ ਜਿਹੜੀ ਹੈ ਕਰ ਰਹੇ ਹਾਂ। ਕਾਫੀ ਜਿੱਥੇ ਵੀ ਇਹਨਾਂ ਦਾ ਦਾਅ ਲੱਗਦਾ ਸੀ, ਜਿੱਥੇ ਵੀ ਇਹਨਾਂ ਨੂੰ ਮਿਲਦਾ ਉੱਥੇ ਮਤਲਬ ਆਪਦਾ ਕਰਦੇ, ਸਾਰੇ ਕਿਤੇ ਚੋਰੀ ਕਰਦੇ ਨੇ। ਉਦੋਂ ਵੈਰੀਫਾਈ ਕਰਾ ਰਹੇ ਹਾਂ, ਕਹਿ ਰਹੇ ਅਸੀਂ ਖਰੀਦੀ ਹੋਈ ਹੈ, ਪਰ ਉਹਦੀ ਜਿਹੜੀ RC ਵਗੈਰਾ ਅਸੀਂ ਵੈਰੀਫਾਈ ਕਰਾ ਰਹੇ ਹਾਂ ਉਹਨੇ ਸਾਰੇ, ਕਿ ਇਹਦੇ ਨਾਲ ਸਾਡੀ ਫਰਦਰ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਹ ਚਲਾਈ ਹੈ 305 331 317 BNS।